केंद्र सरकार वालों लियांदे आर्डिनेंसा खिलाफ 25 तारीख नूं दित्ती गई बंद की कॉल नूं वख-वख जथेबंदियां ते दुकानदारां वालों किसानां नूं भरमा हुंकारा मिल रहा है। इसे नूं लैके रामगढ़िया मार्केट एसोसीएशन फगवाड़ा वालों भी इस बंद नूं फुल सपोर्ट करन दा ऐलान किया गया है। एसोसीएशन के प्रधान हरप्रीत सिंह सोनू ने कहा कि किसानी नूं बचाउण लई लड़ी जा रही इस लड़ाई विच ओह ते उन्हां दी एसोसीएशन दे समूह दुकानदार किसानां दा साथ देणगे। उन्हां शहर वासियां नूं अपील कीती कि राजनीति तो उपर उठ के इस बंद दा समर्थन करो। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਵੀਰ ਹਰਪ੍ਰੀਤ ਸਿੰਘ ਸੋਨੂੰ ਸ਼ਹਿਰ ਫਗਵਾੜਾ ਤੋਂ ਔਰ ਸਮੂਹ ਮਾਰਕੀਟ ਐਸੋਸੀਏਸ਼ਨ ਰਾਮਗੜੀਆ ਗੁਰਦੁਆਰਾ ਰੋਡ ਫਗਵਾੜਾ, ਜਿਹੜੇ ਕਿ ਕਿਸਾਨ ਵਿਰੋਧੀ ਜੋ ਸੈਂਟਰ ਨੇ ਆਪਣੀਆਂ ਬਿੱਲ ਦੀਆਂ ਨੀਤੀਆਂ ਪੇਸ਼ ਕੀਤੀਆਂ ਨੇ ਉਹਦੇ ਖਿਲਾਫ 25 ਸਤੰਬਰ ਨੂੰ ਜੋ ਬੰਦ ਦਾ ਸੱਦਾ ਪੰਜਾਬ ਦਾ ਆਇਆ ਉਹਦੇ ਵਿੱਚ ਅਸੀਂ ਆਪਣੀ ਸਮੂਹ ਮਾਰਕੀਟ ਵੱਲੋਂ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਅਸੀਂ ਰੋਸ ਮੁਜ਼ਾਹਰਾ ਆਪਣੀ ਮਾਰਕੀਟ ਦੇ ਵਿੱਚ ਨੇੜੇ ਵੱਡੀ ਮਸਜਿਦ ਫਗਵਾੜੇ ਦੀ ਜੋ ਹੈ ਉਹਦੇ ਕਰਾਂਗੇ, ਜਿਸ ਵਿੱਚ ਸਾਡੇ ਸ਼ਹਿਰ ਦੇ ਜੁਝਾਰੂ ਲੀਡਰ ਅਸ਼ਵਨੀ ਬਘਾਣੀਆ ਜੀ ਔਰ ਸਾਡੇ ਸ਼ਹਿਰ ਦੇ ਉੱਘੇ ਸਮਾਜ ਸੇਵਕ ਇੰਦਰਜੀਤ ਕਾਲੜਾ ਜੀ ਔਰ ਜੇ ਆਪਾਂ ਜਿਮ ਦੀ ਗੱਲ ਕਰੀਏ ਇਸ ਦੇਸ਼ ਦੀ ਵੱਡੀ ਹਸਤੀ ਰਣਜੀਤ ਪਾਵਲਾ ਜੀ ਨੇ ਸਾਡੇ ਨਾਲ ਬੜੇ ਵੱਡੇ ਤੌਰ ਦੇ ਉੱਤੇ ਸਹਿਯੋਗ ਕੀਤਾ ਹੈ ਔਰ ਮੈਂ ਰਾਜਨੀਤਿਕ ਪਾਰਟੀਆਂ ਤੋਂ ਉੱਤੇ ਉੱਠ ਕੇ ਸਮੂਹ ਫਗਵਾੜਾ ਨਿਵਾਸੀਆਂ ਨੂੰ ਔਰ ਨਾਲ ਲੱਗਦੇ ਕਸਬੇ ਵਾਲਿਆਂ ਨੂੰ ਇਹ ਬੇਨਤੀ ਕਰਦਾ ਸਾਡੇ ਰੋਸ ਮਜਾਲੇ ਦੇ ਵਿੱਚ ਜ਼ਰੂਰ ਤੁਸੀਂ ਦਰਸ਼ਨ ਦਿਓ, ਲੇਕਿਨ ਆਉਣ ਦਾ ਮਕਸਦ ਹੋਵੇ ਤਾਂ ਸਿਰਫ ਕਿਸਾਨੀ ਦੇ ਹਿੱਤਾਂ ਦੇ ਵਿੱਚ ਹੋਵੇ, ਇਸ ਜਵਾਨੀ ਦੇ ਹਿੱਤਾਂ ਦੇ ਵਿੱਚ ਹੋਵੇ, ਕਿਉਂਕਿ ਜਿਹੜੇ ਸਾਡੇ ਸਾਰਿਆਂ ਦੇ ਸਰੀਰ ਨੇ ਇਹ ਸਾਰੇ ਉਹਨਾਂ ਦੇ ਬੀਜੇ ਹੋਏ ਇੱਕ ਕਣ ਕਣ ਦੇ ਇਹ ਖਾਧੇ ਹੋਏ ਨਵਾਲੇ ਦੇ ਨਾਲ ਹੈ ਔਰ ਮੈਂ ਅੱਜ ਇਹ ਹਰਪ੍ਰੀਤ ਸਿੰਘ ਸੋਨੂੰ ਵਾਅਦਾ ਕਰਦਾ ਇਸ ਦੇਸ਼ ਦੀ ਕਿਸਾਨੀ ਲਈ ਔਰ ਜਵਾਨੀ ਦੇ ਲਈ ਰਾਮਗੜੀਆ ਮਾਰਕੀਟ ਐਸੋਸੀਏਸ਼ਨ ਦਿਨ ਰਾਤ ਖੜੀ ਹੈ ਔਰ ਖੜੀ ਰਹੇਗੀ ਔਰ ਮੈਂ ਅਤਿ ਧੰਨਵਾਦੀ ਹਾਂ ਸਾਡੇ ਸੈਕਟਰੀ ਸਾਹਿਬ ਦੀਪਕ ਗੁਰਮਾਨੀ ਜੀ ਦਾ, ਸਾਡੇ ਹਾਂਡਾ ਸਾਹਿਬ ਰਾਜੀਵ ਹਾਂਡਾ ਜੀ ਚੇਅਰਮੈਨ ਸਾਹਿਬ ਸਾਡੇ ਅਮਨਦੀਪ ਜੀ, ਸਾਡੇ ਰਿਸ਼ੀ ਹਾਂਡਾ ਜੀ ਔਰ ਅਸ਼ਵਨੀ ਬਘਾਣੀਆ ਜੀ ਦਾ ਔਰ ਇੰਦਰਜੀਤ ਕਾਲੜਾ ਜੀ ਦਾ ਔਰ ਸਾਡੇ ਸਾਰੇ ਉਹਨਾਂ ਮੈਂਬਰਾਂ ਦਾ ਜਿਹਨਾਂ ਨੇ ਇਸ ਰੋਸ ਮੁਜ਼ਾਹਰਾ ਕਰਨ ਦੇ ਵਿੱਚ ਸਾਡੇ ਨਾਲ ਸਹਿਯੋਗ ਕੀਤਾ। 25 ਸਤੰਬਰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਫਗਵਾੜੇ ਵੱਡੀ ਮਸਜਿਦ ਦੇ ਨੇੜੇ ਰੋਸ ਧਰਨਾ। ਬਹੁਤ ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ। ਜੈ ਜਵਾਨ ਜੈ ਕਿਸਾਨ, ਜੈ ਜਵਾਨ ਜੈ ਕਿਸਾਨ। ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ। ਜੇਕਰ ਤੁਸੀਂ ਮਰਦਾਨਾ ਕਮਜ਼ੋਰੀ ਤੋਂ ਹੋ ਪਰੇਸ਼ਾਨ, ਜਿਵੇਂ ਨਸਾਂ ਦੀ ਕਮਜ਼ੋਰੀ, ਸੈਕਸ ਇੱਛਾ ਦੀ ਕਮੀ, ਬਚਪਨ 'ਚ ਕੀਤੀਆਂ ਗਲਤੀਆਂ, ਤਾਂਤ, ਸ਼ਿਕਰ ਪਤਨ, ਘੱਟ ਸ਼ੁਕਰਾਣੂ ਜਾਂ ਪਿਸ਼ਾਬ ਨਾਲ ਵਿਰਜ ਆਉਣਾ, ਤਾਂ ਹੁਣ ਘਬਰਾਉਣ ਦੀ ਨਹੀਂ ਲੋੜ। ਤੁਹਾਡੀ ਹਰ ਬਿਮਾਰੀ ਦਾ ਇਲਾਜ ਕਰਨਗੇ ਡਾਕਟਰ ਲਲਿਤ ਵਰਮਾ। ਹੁਣ ਕਦੋਂ ਤੱਕ ਗੁਪਤ ਰੋਗਾਂ ਨੂੰ ਛੁਪਾਉਂਦੇ ਰਹੋਗੇ? ਉਮਰ ਹੋਵੇ 25 ਜਾਂ 80 ਸਾਲ, ਦਰ ਦਰ ਨਾ ਭਟਕੋ, ਅਸੀਂ ਕਰਾਂਗੇ ਸਫਲ ਇਲਾਜ। ਅਨੇਕਾਂ ਡਾਕਟਰ ਹਕੀਮਾਂ ਤੋਂ ਪੁੜੀਆਂ ਖਾ ਕੇ ਤੰਗ ਆ ਚੁੱਕੇ ਮਰੀਜ਼ ਅੱਜ ਹੀ ਆਓ। ਤਾਕਤ, ਜੋਸ਼ ਅਤੇ ਜਵਾਨੀ ਲਈ ਆਖਰੀ ਉਮੀਦ, ਵਰਮਾ ਆਯੁਰਵੈਦਿਕ ਦਵਾਖਾਨਾ, ਨਾਈਆਂ ਵਾਲਾ ਚੌਂਕ, ਫਗਵਾੜਾ। ਹੁਣੇ ਫੋਨ ਕਰੋ 98144-6471, 98150-6471।